ਯੈਸ, ਵੈਲਕਮ ਬੈਕ ਟੂ ਮਾਈ ਚੈਨਲ। ਦੇਖਿਓ, ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਲੇਡੀਜ਼, ਜੈਂਟਸ ਔਰ ਬੱਚਿਆਂ ਦੇ ਆਲ ਪ੍ਰੋਜੈਕਟ 'ਤੇ ਅਪਲਾਈ ਕਰ ਸਕਦੇ ਹੋ। ਬੇਹੱਦ ਆਸਾਨ ਔਰ ਫਟਾਫਟ ਬਣਨ ਵਾਲਾ ਡਿਜ਼ਾਈਨ ਨੇ ਫਰੈਂਡਸ। ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 4 ਅਤੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ। ਮੇਨ 'ਚ ਚਾਰ ਚਾਰ ਫੰਦਿਆਂ ਦਾ ਜੋ 1 2 3 4, ਅਗੇਨ 1 2 3 4, ਇਸ ਤਰ੍ਹਾਂ ਅਸੀਂ 4 + 4 + 4, ਲਾਸਟ 'ਤੇ ਇੱਕ ਫੰਦਾ ਐਕਸਟਰਾ ਰੱਖਾਂਗੇ ਤਾਂ ਪੈਟਰਨ ਸੈੱਟ ਆਏਗਾ। ਬਾਰਡਰ ਤੋਂ ਬਾਅਦ ਸਿੱਧੀ ਸਾਈਡ ਤੋਂ ਅਸੀਂ ਆਪਣਾ ਡਿਜ਼ਾਈਨ ਸਟਾਰਟ ਕਰਦੇ ਹਾਂ ਜੀ। ਪਹਿਲੀ ਸਿਲਾਈ ਸਾਡੀ ਸਿੱਧੀ ਸਾਈਡ ਤੋਂ ਸ਼ੁਰੂ ਹੋਏਗੀ। ਮੈਂ ਸੈਕਿੰਡ ਕਲਰ ਲਗਾ ਲਿਆ। ਦੇਖੀਏ, ਧਿਆਨ ਨਾਲ ਦੇਖਣਾ, ਫਸਟ ਰੋ ਸਿਰਫ ਸਿੱਧੀਆਂ ਉਲਟੀਆਂ ਸਿਲਾਈਆਂ ਔਰ ਸਿੱਧੇ ਉਲਟੇ ਫੰਦਿਆਂ ਦੀ ਡਿਜ਼ਾਈਨ ਨੇ ਫਰੈਂਡਸ। ਇਹ ਸਟਿਚ ਫੰਦਾ ਮੈਂ ਸਿੱਧਾ ਬਣਾਇਆ। ਹੁਣ ਅਸੀਂ ਕੀ ਕਰਨਾ, 1 2 3 3 ਫੰਦੇ ਅਸੀਂ ਸਿੱਧੇ ਬਣਾ ਲਏ ਨੇ ਬੂਲ ਆਪਣੇ ਵੱਲ ਲੈ ਕੇ। ਇੱਕ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕੀਤਾ, ਬੂਲ ਪਿੱਛੇ ਲੈ ਕੇ ਗਏ। ਇਸ ਫੰਦੇ ਨੂੰ ਛੱਡ ਕੇ ਇਹੀ 4 ਫੰਦੇ ਅਸੀਂ ਪੂਰੀ ਰੋ ਵਿੱਚ ਰਿਪੀਟ ਕਰਦੇ ਜਾਣਾ ਫਿਰ ਤੋਂ। 1 2 3 ਤਿੰਨ ਫੰਦੇ ਬਣਾਏ, ਇੱਕ ਫੰਦਾ ਅਸੀਂ ਸਲਿਪ ਕੀਤਾ, ਫਿਰ ਤੋਂ ਇੱਦਾਂ ਹੀ ਕਰਾਂਗੇ। 1 2 3 ਤਿੰਨ ਫੰਦੇ ਬਣਾਏ, ਇੱਕ ਫੰਦਾ ਇਸ ਤਰ੍ਹਾਂ ਸਲਿਪ ਕੀਤਾ ਲਾਸਟ 'ਤੇ। 1 2 3 ਇਹ ਸਟਿਚ ਵੀ ਅਸੀਂ ਇਸ ਤਰ੍ਹਾਂ ਸਿੱਧਾ ਬੁਣਿਆ ਕਿ ਫਸਟ ਰੋ ਅਸੀਂ ਪੂਰੀ ਇਸ ਤਰ੍ਹਾਂ ਕੰਪਲੀਟ ਕਰ ਲਈਏ ਸੀ। ਹੁਣ ਅਸੀਂ ਬੈਕ ਸਾਈਡ ਆ ਗਈ ਡਿਜ਼ਾਈਨ ਦੀ ਸੈਕਿੰਡ ਰੋ। ਸੈਕਿੰਡ ਰੋ ਵਿੱਚ ਅਸੀਂ ਕੀ ਕਰਨਾ, ਜੋ ਫੰਦਾ ਜਿਸ ਕਲਰ ਦਾ ਬੁਣਿਆ ਉਹੀ ਕਲਰ ਦਾ ਅਸੀਂ ਬਣਾਵਾਂਗੇ। ਉਤਾਰਿਆ ਹੋਇਆ ਫੰਦਾ ਅਸੀਂ ਉਤਾਰਦੇ ਜਾਣਾ, ਇਹ 4 ਫੰਦੇ ਅਸੀਂ ਰਿਪੀਟ ਕਰਾਂਗੇ ਫਿਰ ਤੋਂ। 1 2 3 ਇਹ ਫੰਦਾ ਸਲਿਪ ਕੀਤਾ, 1 2 3 ਇਹ ਫੰਦਾ ਅਸੀਂ ਸਲਿਪ ਕੀਤਾ, 1 2 3 ਲਾਸਟ ਵਾਲਾ ਫੰਦਾ ਅਸੀਂ ਉਲਟਾ ਬਣਾਇਆ। ਇਹ ਸਟਿਚ ਫੰਦਾ 2 ਸਿਲਾਈਆਂ ਅਸੀਂ ਬਣਾ ਲਈਆਂ ਜੀ। ਹੁਣ ਅਸੀਂ ਰਾਈਟ ਸਾਈਡ ਆ ਗਏ ਡਿਜ਼ਾਈਨ ਦੀ 3rd ਰੋ। ਇਹ ਸਟਿਚ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕੀਤਾ, 1 2 3 ਜਿਸ ਤਰ੍ਹਾਂ ਅਸੀਂ ਆਪਣੀ ਫਸਟ ਰੋ ਬਣਾਈ ਸੀ ਸੇਮ ਉਸ ਤਰ੍ਹਾਂ ਹੀ ਪਏਗੀ ਜੀ। ਕਿ ਹਰ ਇੱਕ ਕਲਰ ਦੀਆਂ 4 ਸਿਲਾਈਆਂ ਪੈਣਗੀਆਂ ਗਾਈ, 4 ਸਿਲਾਈਆਂ ਤੋਂ ਬਾਅਦ ਸਾਡਾ ਕਲਰ ਚੇਂਜ ਹੋਏਗਾ। ਦੇਖੀਏ, ਅਸੀਂ ਇਸ ਤਰ੍ਹਾਂ ਸੈਕਿੰਡ ਰੋ ਸੋਰੀ ਫਸਟ ਰੋ ਦੀ ਤਰ੍ਹਾਂ ਹੀ 3rd ਰੋ ਬਣਾਉਂਦੇ ਹਾਂ। ਉਤਾਰਿਆ ਹੋਇਆ ਫੰਦਾ ਅਸੀਂ ਉਤਾਰਦੇ ਜਾਣਾ। ਦੇਖੀਏ, ਬੂਲ ਆਪਣੇ ਵੱਲ ਲੈ ਕੇ ਆਏ, ਸਲਿਪ ਕੀਤਾ ਹੋਇਆ ਫੰਦਾ ਅਸੀਂ ਸਲਿਪ ਕਰਾਂਗੇ। ਦੇਖੀਏ, ਹੁਣ ਅਸੀਂ ਬੈਕ ਸਾਈਡ ਆ ਗਏ ਜੀ ਡਿਜ਼ਾਈਨ ਦੀ 4th ਰੋ। ਜੋ ਫੰਦਾ ਬੁਣਿਆ ਅਸੀਂ ਉਹ ਫੰਦਾ ਬਣਾਉਣਾ, ਜੋ ਫੰਦਾ ਸਲਿਪ ਕੀਤਾ ਉਹ ਫੰਦਾ ਅਸੀਂ ਸਲਿਪ ਕਰਾਂਗੇ। ਸੇਮ ਸੈਕਿੰਡ ਰੋ ਦੀ ਤਰ੍ਹਾਂ ਹੀ ਹੈ ਗਾਈਸ। ਦੇਖੀਏ ਫਰੈਂਡਸ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਦੇਖੀਏ, 4 ਸਿਲਾਈਆਂ ਸਾਡੀਆਂ ਇਸ ਤਰ੍ਹਾਂ ਪੈ ਗਈਆਂ ਨੇ। ਹੁਣ ਅਸੀਂ ਆਪਣਾ ਕਲਰ ਚੇਂਜ ਕਰਾਂਗੇ। ਹਰ 4 ਸਿਲਾਈਆਂ ਤੋਂ ਬਾਅਦ ਸਾਡਾ ਕਲਰ ਚੇਂਜ ਹੋਏਗਾ। ਹੁਣ ਅਸੀਂ ਕੀ ਕਰਨਾ, 1 2 2 ਫੰਦੇ ਅਸੀਂ ਬੁਣ ਲਏ ਨੇ, ਬੂਲ ਆਪਣੇ ਵੱਲ ਲੈ ਕੇ ਆਏ। ਦੇਖੀਏ, 3 ਦੇ ਵਿੱਚ ਵਾਲਾ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕਰਨਾ, ਬੂਲ ਪਿੱਛੇ ਲੈ ਕੇ ਜਾਵਾਂਗੇ। ਹੁਣ ਇਹ 3 ਫੰਦੇ ਅਸੀਂ ਗ੍ਰੀਨ ਕਲਰ ਦੇ ਬੁਣਨੇ ਨੇ, 1 2 3 ਫਿਰ ਤੋਂ ਬੂਲ ਆਪਣੇ ਵੱਲ ਲੈ ਕੇ ਆਏ। ਇਹ ਵਾਲਾ ਫੰਦਾ ਸਾਡਾ ਸਲਿਪ ਹੋਏਗਾ, 3 ਫੰਦੇ ਸਾਡੇ ਗ੍ਰੀਨ ਕਲਰ ਦੇ ਆਉਣਗੇ।
ਵਿੱਚ ਵਾਲਾ ਫੰਦਾ ਅਸੀਂ ਸਲਿਪ ਕਰਨਾ, ਤਿੰਨ ਫੰਦੇ ਅਸੀਂ ਇਸ ਤਰ੍ਹਾਂ ਗ੍ਰੀਨ ਕਲਰ ਦੇ ਬਣਾਉਣੇ ਨੇ। ਇਸ ਤਰ੍ਹਾਂ ਸਾਡੀ ਇਹ ਪੰਜਵੀਂ ਰੋ ਪੈ ਗਈ ਹੈ ਜੀ। ਹੁਣ ਅਸੀਂ ਬੈਕ ਸਾਈਡ ਆ ਗਏ ਡਿਜ਼ਾਇਨ ਦੀ ਸਿਕਸਥ ਰੋ। ਜੋ ਫੰਦਾ ਬੁਣਿਆ ਉਹ ਅਸੀਂ ਬਣਾਉਂਦੇ ਜਾਵਾਂਗੇ, ਜੋ ਫੰਦਾ ਸਲਿਪ ਕੀਤਾ ਉਹ ਅਸੀਂ ਸਲਿਪ ਕਰਦੇ ਜਾਵਾਂਗੇ। ਬੈਕ ਸਾਈਡ ਤੋਂ ਇਹਦੀਆਂ ਸਾਰੀਆਂ ਸਿਲਾਈਆਂ ਇਸ ਤਰ੍ਹਾਂ ਹੀ ਪੈਣਗੀਆਂ ਗਾਈਸ। ਬੁਣੇ ਹੋਏ ਫੰਦੇ ਅਸੀਂ ਬਣਾਉਣੇ ਨੇ, ਸਲਿਪ ਕੀਤਾ ਹੋਇਆ ਫੰਦਾ ਅਸੀਂ ਸਲਿਪ ਕਰਦੇ ਜਾਣਾ। ਛੇ ਸਿਲਾਈਆਂ ਅਸੀਂ ਪਾ ਲਈਆਂ ਜੀ। ਹੁਣ ਅਸੀਂ ਰਾਈਟ ਸਾਈਡ ਆ ਗਏ ਸੈਵਨਥ ਰੋ। ਇਸ ਸਟਿਚ ਫੰਦਾ ਅਸੀਂ ਸਲਿਪ ਕੀਤਾ, ਫਿਰ ਤੋਂ ਦੇਖੀਏ ਫੰਦਾ ਸਲਿਪ ਕੀਤਾ, ਬੂਲ ਪਿੱਛੇ ਲੈ ਕੇ ਗਏ, ਤਿੰਨ ਫੰਦੇ ਬੁਣਾਂਗੇ। ਸਿਰਫ ਸਾਡੇ ਫੰਦਿਆਂ ਦੀ ਜਗ੍ਹਾ ਚੇਂਜ ਹੋਈ ਹੈ ਜੀ, ਡਿਜ਼ਾਇਨ ਸਾਡਾ ਉਸ ਤਰ੍ਹਾਂ ਹੀ ਚੱਲਦਾ ਜਾਏਗਾ। ਦੇਖੀ ਤਿੰਨ ਫੰਦੇ ਬਣਾ ਲਏ, ਸਲਿਪ ਕੀਤਾ ਹੋਇਆ ਫੰਦਾ ਸਲਿਪ ਕਰਦੇ ਜਾਵਾਂਗੇ। ਦੇਖੀ ਸਾਡਾ ਇਹ ਡਿਜ਼ਾਇਨ ਬਣਨ ਲੱਗ ਗਿਆ ਜੀ। ਛੇ ਸਿਲਾਈਆਂ ਹੋ ਗਈਆਂ, ਸੋਰੀ ਸੱਤ ਸਿਲਾਈਆਂ ਹੋ ਗਈਆਂ। ਏਟਥ ਰੋ ਬੈਕ ਸਾਈਡ, ਬੈਕ ਸਾਈਡ ਤੋਂ ਸੇਮ ਉਸ ਤਰ੍ਹਾਂ ਹੀ ਜੋ ਫੰਦਾ ਬੁਣਿਆ ਉਹ ਬੁਣਾਂਗੇ, ਜੋ ਫੰਦਾ ਸਲਿਪ ਕੀਤਾ ਉਹ ਅਸੀਂ ਇਸ ਤਰ੍ਹਾਂ ਹੀ ਸਲਿਪ ਕਰਦੇ ਜਾਵਾਂਗੇ। ਤੁਸੀਂ ਚਾਹੋ ਤਾਂ ਇਸ ਡਿਜ਼ਾਇਨ ਨੂੰ ਮਲਟੀ ਕਲਰ ਵਿੱਚ ਵੀ ਪਾ ਸਕਦੇ ਹੋ ਫਰੈਂਡਸ। ਦੇਖੀ ਇਸ ਤਰ੍ਹਾਂ ਮੈਂ ਬੈਕ ਸਾਈਡ ਤੋਂ ਵੀ ਕੰਪਲੀਟ ਕਰ ਲਿਆ ਕਿ ਸਾਡੀਆਂ ਇਹ ਅੱਠ ਸਿਲਾਈਆਂ ਪੈ ਗਈਆਂ ਜੀ। ਹਰ ਕਲਰ ਦੀਆਂ ਚਾਰ ਚਾਰ ਸਿਲਾਈਆਂ ਪੈਣਗੀਆਂ, ਫਿਰ ਤੋਂ ਇਹ ਫਸਟ ਇੱਥੋਂ ਅਸੀਂ ਰਿਪੀਟ ਕਰਾਂਗੇ, ਅਗੇਨ ਅੱਠ ਸਿਲਾਈਆਂ ਬਣਾਉਂਦੇ ਜਾਵਾਂਗੇ ਤਾਂ ਇਹ ਡਿਜ਼ਾਇਨ ਇਸ ਤਰ੍ਹਾਂ ਬਣੇਗਾ ਕਿ ਇਸ ਤਰ੍ਹਾਂ ਇਹ ਡਿਜ਼ਾਇਨ ਅੱਗੇ ਅੱਗੇ ਬਣਦਾ ਚਲਾ ਜਾਏਗਾ। ਬਹੁਤ ਹੀ ਆਸਾਨ ਜਿਹਾ ਡਿਜ਼ਾਇਨ ਹੈ ਫਰੈਂਡਸ, ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹੋ ਤੁਸੀਂ। ਕਿ ਮਲਟੀ ਕਲਰ ਵਿੱਚ ਵੀ ਬਹੁਤ ਵਧੀਆ ਲੱਗੇਗਾ ਇਹ ਡਿਜ਼ਾਇਨ। ਪਲੀਜ਼ ਫਰੈਂਡਸ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ ਫੋਰ ਵਾਚਿੰਗ ਮਾਈ ਵੀਡੀਓ। ਥੈਂਕ ਯੂ।